ਵੀਰੇ ਮੇਰੀ ਇੱਕ ਗੱਲ ਸੁਣੋ, ਗਾਲ ਨਾ ਕੱਢੋ ਪਹਿਲਾਂ ਤਾਂ, ਮੇਰੇ ਨਾਲ ਬੰਦੇ ਆਂਗੋ ਗੱਲ ਕਰੋ ਜੇ ਮੇਰੇ ਨਾਲ ਗੱਲ ਕਰਨੀ। ਉਹ ਬਾਈ ਮੇਰੀ ਗੱਲ ਸੁਣੋ, ਮੈਂ ਤਾਂ ਯਾਰ ਕੱਲ ਆਇਆ, ਹੁਣ ਯਾਰ ਜੋ ਕੁਛ ਬੋਲਿਆ ਮੇਰਾ ਵੀਰੇ ਇਸੇ ਜ਼ਬਾਨ ਤੇ ਰਹੀ। ਸੋਸ਼ਲ ਮੀਡੀਆ ਉੱਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚਕਾਰ ਕੋਈ ਨਾ ਕੋਈ ਵਿਵਾਦ ਤਾਂ ਚੱਲਦਾ ਹੀ ਰਹਿੰਦਾ ਹੈ। ਹਰ ਰੋਜ਼ ਕੋਈ ਨਾ ਕੋਈ ਵਿਵਾਦ ਖਤਮ ਹੁੰਦਾ ਅਤੇ ਨਾਲ ਦੀ ਨਾਲ ਹੀ ਦੂਜਾ ਵਿਵਾਦ ਸ਼ੁਰੂ ਹੋ ਜਾਂਦਾ ਹੈ ਅਤੇ ਇਸੇ ਤਰ੍ਹਾਂ ਦਾ ਹੀ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵਿਵਾਦ ਬਣਦਾ ਹੋਇਆ ਨਜ਼ਰ ਆ ਰਿਹਾ ਹੈ, ਟਿਕਟੌਕ ਤੋਂ ਸਟਾਰ ਬਣੇ ਗੋਪੀ ਲੌਂਗੀਆ ਦਾ। ਦੱਸ ਦਈਏ ਹਾਲ ਹੀ ਦੇ ਵਿੱਚ ਗੋਪੀ ਲੌਂਗੀਆ ਦਾ ਇੱਕ ਰੈਪ ਸੌਂਗ ਰਿਲੀਜ਼ ਹੋਇਆ ਜਿਸਦਾ ਕਿ ਨਾਂ ਹੈ ਵੀੜ ਅਤੇ ਗੋਪੀ ਲੌਂਗੀਆ ਨੇ ਇਸ ਗਾਣੇ ਦੇ ਵਿੱਚ ਨਸ਼ੇ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਿਸ ਤੋਂ ਕਿ ਬਾਅਦ ਗੋਪੀ ਲੌਂਗੀਆ ਨੂੰ ਤਰ੍ਹਾਂ ਤਰ੍ਹਾਂ ਦੀਆਂ ਕਾਲਜ਼ ਆਉਣ ਲੱਗ ਪਈਆਂ ਜਿਨ੍ਹਾਂ ਵਿੱਚੋਂ ਕਿ ਬਹੁਤ ਸਾਰੇ ਲੋਕ ਧਮਕੀਆਂ ਵੀ ਦੇ ਰਹੇ ਨੇ ਅਤੇ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ 'ਤੇ ਕਾਲ ਰਿਕਾਰਡਿੰਗ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਇੱਕ ਇਨਸਾਨ ਗੋਪੀ ਲੌਂਗੀਆ ਨੂੰ ਸ਼ਰੇਆਮ ਕਾਲ ਕਰਕੇ ਨਾਲੇ ਧਮਕੀ ਦੇ ਰਿਹਾ ਹੈ ਨਾਲੇ ਗਾਲਾਂ ਕੱਢ ਰਿਹਾ ਹੈ। ਕੀ ਕਿਹਾ ਉਸ ਇਨਸਾਨ ਨੇ ਗੋਪੀ ਲੌਂਗੀਆ ਨੂੰ ਫੋਨ ਦੇ ਉੱਤੇ, ਆਓ ਸੁਣਦੇ ਹਾਂ ਇਸ ਕਾਲ ਰਿਕਾਰਡਿੰਗ ਦੇ ਵਿੱਚ। ਹੈਲੋ ਹੈਲੋ ਹਾਂਜੀ ਬੋਲਦਾ? ਹਾਂਜੀ ਲੌਂਗੀਆ ਬੋਲਦਾ? ਹਾਂਜੀ ਹਾਂਜੀ ਲੌਂਗੀਆ ਬੋਲਦਾ ਜੀ। ਵੀਰੇ ਮੈਂ ਗੱਲ ਕਰਨੀ ਇੱਕ ਤੁਹਾਡੇ ਨਾਲ। ਹਾਂਜੀ ਅਸੀਂ ਚਲੋ ਵੀਰ ਦੇ ਫੈਨ ਵੀ ਸੀਗੇ, ਗਾਣੇ ਗੁਣੇ ਵੀ ਸੁਣਦੇ ਸੀਗੇ, ਠੀਕ ਹੈ ਨਾ? ਹਾਂਜੀ 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 ਤੇ ਵਧੀਆ ਗਾਣੇ ਸੀ। ਕਹਿਣ ਦਾ ਮਤਲਬ ਵੀ ਸਾਡਾ ਅੱਗੇ ਪੰਜਾਬ ਘੱਟ ਨਸ਼ਾ ਜੇ ਵੜਿਆ ਵਾ, ਵੀ ਤੁਸੀਂ ਫੁੱਦੂ ਜਿਹਾ ਗਾਣਾ ਕੱਢ ਛੱਡਿਆ, ਭੰਗ ਤੇ ਸ਼ਰਾਬਾਂ ਨੇ ਸਾਡਾ ਪੰਜਾਬ ਅੱਗੇ ਜਦੋਂ ਮਰਿਆ ਨਸ਼ਾ ਜੇ, ਤੁਸੀਂ ਕੀ ਜੂ ਤੁਹਾਨੂੰ ਦੱਸਣਾ ਚਾਹੁੰਦੇ ਹੋ? ਵੀਰੇ ਮੇਰੀ ਇੱਕ ਗੱਲ ਸੁਣੋ, ਗਾਲ ਨਾ ਕੱਢੋ ਪਹਿਲਾਂ ਤਾਂ, ਮੇਰੇ ਨਾਲ ਬੰਦੇ ਆਂਗੋ ਗੱਲ ਕਰੋ ਜੇ ਮੇਰੇ ਨਾਲ ਗੱਲ ਕਰਨੀ। ਮੇਰਾ ਮਾਂ ਗਾਣਾ ਆਇਆ ਆ ਚੰਗਾ ਗਾਣਾ ਨੀ ਸੀ, ਮੇਰਾ ਪੈਸਾ ਗਾਣਾ ਆਇਆ ਉਹ ਚੰਗਾ ਗਾਣਾ ਨੀ ਸੀ ਹੈ? ਤੈਨੂੰ ਜਿਹੜੇ ਗਾਣੇ ਵਧੀਆ ਆਪਾਂ ਸੁਣੇ ਆ ਗਲਤ ਵਾ, ਮੇਰੇ ਕਹਿਣ ਤੇ ਪੰਜਾਬ ਨਸ਼ਿਆਂ ਚ ਵੜਿਆ, ਆ ਕਿੱਡੇ ਕਿੱਡੇ ਰੈਪਰ ਵਾ ਯਾਰ ਬੜੇ, ਉਹਨਾਂ ਦੇ ਸਾਡੇ ਤੋਂ ਪਹਿਲਾਂ ਗਾਣਿਆਂ ਦੇ ਵਿੱਚ ਬੀਟ ਦਾ ਭੰਗੜਾ ਨਾ, ਸਾਡੇ ਤੋਂ ਪਹਿਲਾਂ ਪੋਏ ਮੀਆਂ ਉਸਤਾਦ, ਹੋਰ ਵੱਡੇ ਵੱਡੇ ਕਿੱਡੇ ਰੈਪਰ ਵਾ, ਤੁਸੀਂ ਉਹਨਾਂ ਨੂੰ ਕਦੀ ਟਾਰਗੇਟ ਕੀਤਾ? ਮੇਰੀ ਗੱਲ ਸੁਣ, ਆਪਾਂ ਹੁਣ ਕਦਮ ਚੁੱਕਿਆ ਵਾ ਨਸ਼ਾ ਖਤਮ ਕਰਨਾ ਪੰਜਾਬ 'ਚ, ਤੁਸੀਂ ਸਿੰਗਰਾਂ ਨੇ ਜ਼ਿਆਦਾ ਲੈਣੀ ਤੁਸੀਂ ਕੀਤੀ ਆ, ਨੌਜਵਾਨ ਸਾਡਾ ਨਸ਼ੇ ਤੁਸੀਂ ਲਾਉਂਦੇ ਹੋ। ਉਹ ਬਾਈ ਮੇਰੀ ਗੱਲ ਸੁਣੋ, ਮੈਂ ਤਾਂ ਯਾਰ ਕੱਲ ਆਇਆ, ਮੇਰੇ ਤੋਂ ਪਹਿਲਾਂ ਕਿੰਨੇ ਕਲਾਕਾਰ ਆ। ਸੁਣ ਗੱਲ, ਤੂੰ ਕੱਲ ਆਇਆ ਤੇ ਜਿੱਦਾਂ ਮਰਜ਼ੀ ਜਦੋਂ ਭਾਵੇਂ ਪਰਸੋਂ ਆਇਆ ਹੋਏ ਤੇ ਗਾਣਾ ਡਿਲੀਟ ਕਰ ਦੇ, ਤੈਨੂੰ ਲਾਸਟ ਵਾਰੀ ਕਹਿੰਦਾ ਹੀ ਤੇ ਮੈਂ ਦੁਬਾਰਾ ਕਾਲ ਨਹੀਂ ਕਰਨੀ। ਬਾਈ ਦੇਖੋ ਆਪਣਾ ਹਿਸਾਬ ਤਾਂ ਤੂੰ ਲਾ ਲਈ। ਪਹਿਲੀ ਗੱਲ ਇਹ, ਮੈਂ ਬਾਈ ਤੇਰੇ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਸਮਝਦਾ, ਮੈਨੂੰ ਇਹ ਨਹੀਂ ਦੱਸ ਸਕਦਾ ਵੀ ਮੈਂ ਗਾਣਾ ਡਿਲੀਟ ਕਰਨਾ ਕਿ ਨਹੀਂ। ਤੂੰ ਮੈਨੂੰ ਫੋਨ ਕੀਤਾ, ਮੈਂ ਤੇਰੀ ਇੱਜ਼ਤ ਕਰਦਾ ਵੀਰੇ, ਮੈਂ ਕਿੰਨੇ ਗਾਣੇ ਵਧੀਆ ਕੀਤੇ ਤੁਸੀਂ ਸੁਣੇ ਨਹੀਂ, ਮੇਰਾ ਬਾਬਾ ਨਾਨਕ ਤੇ ਮੈਂ ਗਾਣਾ ਕੀਤਾ, ਤੁਹਾਨੂੰ ਪਤਾ ਨਹੀਂ ਹੋਣਾ, ਅਸੀਂ ਵੀ ਯਾਰ ਆਪਣੀ ਰੋਟੀ ਚੋਂ ਨਹੀਂ ਖਾਂਦੇ। ਤੇਰੇ ਸਾਰੇ ਗਾਣੇ ਸੁਣੇ ਆ, ਠੀਕ ਆ ਵਧੀਆ, ਤੂੰ ਚੱਲ ਆਪਣਾ ਤੇਰਾ ਨਾਮ ਹੀ ਬਣਨ ਦਿਆ ਵਾ, ਤੇ ਮੇਰੀ ਸੁਣ ਗੱਲ, ਗਾਣੇ ਇਹੋ ਜਿਹੇ ਨਾ ਗਾ ਜਿਹਦੇ ਆਪਣੀ ਜ਼ਿੰਦਗੀ ਵਧੀਆ ਰੱਖਣੀ ਆ। ਪੰਜਾਬੀ ਚ ਕਹਿ ਤਾ, ਪੰਜਾਬੀ ਚ ਮੈਂ ਕੋਈ ਹਿੰਦੀ ਚ ਨੀ ਕਹਿ ਲਿਆ, ਗਾਣਾ ਤੇਰਾ ਸ਼ਾਮ ਤੱਕ ਡਿਲੀਟ ਹੋਣਾ ਚਾਹੀਦਾ। ਬਾਈ ਮੈਂ ਇੱਕ ਗੱਲ ਤੁਹਾਡੀ ਮੈਂ ਮੰਨ ਲੈਣਾ, ਇੱਕ ਗੱਲ ਬਾਈ ਮੈਂ ਦੇਖ ਲਈ ਆ, ਤੇ ਤੁਸੀਂ ਕੋਈ ਤਗੜਾ ਬੰਦਾ ਮੂਹਰੇ ਆਉਂਦਾ ਹੈ ਨਾ, ਉਹ ਸਿੱਧੂ ਵਰਗਾ ਕਿੱਡੇ ਕਿੱਡੇ ਅਸਲਿਆਂ ਤੇ ਗਾਣੇ ਕਰ ਰਹੇ ਆ, ਉਹ ਫਲਾਣੇ ਕਿੰਨੇ ਕਲਾ, ਤੁਸੀਂ ਇੱਕ ਵਾਰੀ ਵੀ ਉਂਗਲ ਚੱਕੀ ਕਿਸੇ ਵੇ? ਅਸੀਂ ਤੇਰੇ ਫੈਨ ਅਸੀਂ, ਬਾਕੀ ਨਹੀਂ ਮਾਰਦੇ, ਸਾਡਾ ਬੰਦਾ ਸਹੀ ਹੋਣਾ ਚਾਹੀਦਾ, ਆਪਾਂ ਨੂੰ ਇਹ ਵਾ, ਠੀਕ ਹੈ? ਠੀਕ ਹੈ ਜੀ, ਮੇਰਾ ਵੇ ਮੇਰਾ ਵੀ ਸਹੀ ਗਾਣੇ ਗਾ, ਅਸੀਂ ਤੇਰੇ ਨਾਲ ਆ, ਸਾਰਾ ਪੰਜਾਬ ਤੇਰੇ ਨਾਲ ਆ, ਵਧੀਆ ਸਾਰੇ ਸੁਣਦੇ ਤੈਨੂੰ, ਕੰਪਨੀ ਦੇ ਹੱਥ ਵਸ ਆ ਵੀਰੇ, ਮੈਂ ਗਾਣਾ ਯਾਰ ਬਾਈ ਉਹ ਫਿਰ ਤੁਸੀਂ ਕੰਪਨੀ ਨਾਲ ਗੱਲ ਕਰ ਲਓ, ਫਿਰ ਇਹ ਚੀਜ਼ਾਂ ਸਾਡੇ ਬਾਈ ਇਹ ਆਪਣੇ ਹੱਥ ਦੀ, ਜੇ ਤੁਸੀਂ ਇਹ ਗੱਲ ਕਹਿੰਦੇ ਵੀ ਆਪਾਂ ਤੈਨੂੰ ਸੁਣਦੇ, ਆਪਾਂ ਜੇ ਤੁਸੀਂ ਮੈਨੂੰ ਰਿਸਪੈਕਟ ਨਾਲ ਫੋਨ ਕੀਤਾ, ਉਹ ਵੀ ਮੈਂ ਤੁਹਾਡੀ ਇੱਜ਼ਤ ਕਰਦਾ ਬਾਈ, ਥੋੜਾ ਜਿਹਾ ਤੁਹਾਡਾ ਬੋਲਣ ਦਾ ਤਰੀਕਾ ਗਲਤ ਵਾ, ਠੀਕ ਆ ਜੀ? ਤਰੀਕੇ ਦੀ ਨਹੀਂ ਗੱਲ,
ਤਰੀਕਾ ਆਪਣਾ ਜੇ ਵਧੀਆ ਗਾਣੇ ਤਰੀਕਾ ਵੀ ਵਧੀਆ ਇਹ ਗਾਣੇ ਗਲਤ ਗਾਣੇ ਆ ਕਰਦੇ ਓ ਯਾਰ ਵੀਰੇ ਮੇਰੇ ਕਹਿ ਯਾਰ ਮੇਰਿਆ ਗਾਣੇ ਗਾਉਣ ਨਾਲ ਮੰਡੀਰ ਨਸ਼ਿਆਂ ਤੇ ਲੱਗ ਰਹੀ ਆ ਸਿੱਧੂ ਹੁਣੀ ਅਸਲਾ ਚ ਰੋ ਰਹੇ ਆ ਅਸਲਿਆਂ ਤੇ ਗਾਣੇ ਕਰਦੇ ਉਹਨਾਂ ਦੇ ਹਾਂ ਨੌਜਵਾਨ ਸੁਣਦਾ ਤੈਨੂੰ ਤੇ ਕਹਿਣ ਦਾ ਮਤਲਬ ਵੀ ਗਾਣੇ ਵਧੀਆ ਗਾਏਗਾ ਸੁਣੇਗਾ ਜੇ ਤੂੰ ਨਸ਼ਿਆਂ ਤੇ ਪੰਜਾਬ ਲਾਏਗਾ ਅੱਗੇ ਘੱਟ ਨਸ਼ਿਆਂ ਦੇ ਆ ਵੀਰੇ ਯਾਰ ਭੰਗ ਕਿਹੜੀ ਯਾਰ ਤੁਸੀਂ ਗੱਲ ਕਰਦੇ ਇਹ ਨਸ਼ਾ ਹੀ ਆ ਵੀਰੇ ਨਸ਼ਾ ਹੀ ਜਦੋਂ ਬੰਦੇ ਕੋਲ ਪੈਸਾ ਨੀ ਨਾ ਕੋਈ ਰਹਿੰਦਾ ਫਿਰ ਬੰਦਾ ਨਸ਼ਾ ਹੀ ਕਰਦਾ ਠੀਕ ਹੈ ਨਾ ਤੇ ਲੋਕਾਂ ਨੂੰ ਇਹ ਨਾ ਦੱਸ ਵੀ ਨਹੀਂ ਇਹ ਨਸ਼ਾ ਦੇ ਨਸ਼ੇ ਤੇ ਲੱਗਣਾ ਠੀਕ ਆ ਜੀ ਕੋਈ ਨੀ ਬਹੁਤ ਮਿਹਰਬਾਨੀ ਬਾਈ ਬਹੁਤ ਮਿਹਰਬਾਨੀ ਮੈਂ ਦੁਬਾਰਾ ਫੋਨ ਨਹੀਂ ਕਰਨਾ ਅੱਧੇ ਘੰਟੇ ਬਾਅਦ ਤੇਰਾ ਗਾਣਾ ਡਿਲੀਟ ਹੋਣਾ ਚਾਹੀਦਾ ਹੁਣ ਮੈਂ ਫੋਨ ਲੱਗਾ ਕੱਟਣਾ ਨਹੀਂ ਆਪਣਾ ਬਾਈ ਬਾਈ ਮੇਰੇ ਹੱਥ ਵਸ ਨਹੀਂ ਬਾਈ ਹੈਗਾ ਕੁਛ ਵੀ ਵੀਰੇ ਕਿਸੇ ਦਾ ਕੁਛ ਚੱਲਦਾ ਭਰਾਵਾ ਕਿਸੇ ਦੀ ਰੋਟੀ ਚੱਲਦੀ ਤੁਹਾਨੂੰ ਕੀ ਤਕਲੀਫ ਆ ਯਾਰ ਤੁਹਾਨੂੰ ਕੀ ਪ੍ਰੋਬਲਮ ਆ ਤੇਰੀ ਗਾਣਿਆਂ ਸਿਰ ਚੱਲੇਗੀ ਵਧੀਆ ਗਾਣੇ ਗਾਏਗੇ ਚੱਲੇਗੀ ਨਹੀਂ ਤੇ ਇੱਦਾਂ ਨਹੀਂ ਚੱਲਣ ਦੇਣੀ ਬਾਈ ਤੁਸੀਂ ਵੀਰੇ ਤੂੰ ਕੱਲੇ ਨੇ ਸੁਣ ਲਿਆ ਪੈਸਾ ਗਾਣਾ ਤੂੰ ਕੱਲੇ ਨੇ ਮਾਂ ਗਾਣਾ ਸੁਣ ਲਿਆ ਤੇਰੇ ਕੱਲੇ ਨਾਲ ਸੁਣਨਾ ਉਹ ਗਾਣਾ ਹਿੱਟ ਹੋ ਗਿਆ ਤੂੰ ਕੀ ਕਹਿੰਦਾ ਜੇ ਤੇਰੀ ਚੰਗੀ ਸੋਚ ਆ ਸਾਰੀ ਦੁਨੀਆਂ ਦੀ ਇਹ ਸੋਚ ਆ ਤੇਰੇ ਇੱਕ ਵਿਊ ਨੂੰ ਬਾਈ ਮੈਂ ਕੀ ਕਰੂੰਗਾ ਯਾਰ ਦੱਸ ਤੂੰ ਕੱਲੇ ਨੇ ਸੁਣ ਲਿਆ 3 ਲੱਖ ਵਿਊ ਗਾਣੇ ਦਾ ਉਹਦਾ ਮੇਰੀ ਗੱਲ ਸੁਣ ਗੱਲ ਇੱਕ ਵਿਊ ਦੀ ਨਹੀਂ ਹੁੰਦੀ ਇੱਕੋ ਬੰਦਾ ਲੱਖਾਂ ਵਰਗਾ ਹੁੰਦਾ ਸਹੀ ਆ ਜੇ ਤੇਰੇ ਗਾਣੇ ਵਧੀਆ ਸੁਣਦੇ ਆ ਤੇ ਸਹੀ ਆ ਇਹ ਗਲਤ ਵਾ ਠੀਕ ਹੈ ਨਾ ਸ਼ਾਮ ਨੂੰ ਟ੍ਰੀਟ ਕਰਦੀ ਬਾਈ ਅਜੇ ਦੇਖਦੇ ਆ ਇਸ ਟੌਪ ਤੇ ਮੈਂ ਗੱਲ ਨਹੀਂ ਕਰਦਾ ਤੁਸੀਂ ਫੋਨ ਕੀਤੀ ਬਹੁਤ ਮਿਹਰਬਾਨੀ ਚੰਗਾ ਸੋ ਹੁਣ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਕੀ ਕਹਿਣਾ ਗੋਪੀ ਲੌਂਗੇ ਦੇ ਇਸ ਵਿਵਾਦ ਬਾਰੇ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੋਰ ਨਵੇਂ ਅਪਡੇਟਸ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ 'ਤੇ ਵੀ ਕਲਿੱਕ ਕਰ ਲਓ ਬਿਊਰੋ ਰਿਪੋਰਟ ਚੈਨਲ 7 ਰੰਗ ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ 7 ਰੰਗ